ਹੁਣ ਗੱਲ ਕਰਦੇ ਹਾਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ, ਜਿੱਥੇ ਵਿਧਾਨ ਸਭਾ ਹਲਕਾ ਬਸੇ ਪਠਾਣਾ ਦੇ ਲੋਕਾਂ ਨੇ ਸੀਵਰੇਜ ਪਾਉਣ ਦੇ ਲਈ ਪੁੱਟੀਆਂ ਗਈਆਂ ਸੜਕਾਂ ਅਤੇ ਗਲੀਆਂ ਦੀ ਦੁਬਾਰਾ ਤੋਂ ਮੁਰੰਮਤ ਨਾ ਕੀਤੇ ਜਾਣ ਕਾਰਨ ਮਰਨ ਵਰਤ ਸ਼ੁਰੂ ਕਰ ਦਿੱਤਾ ਅਤੇ ਸਰਕਾਰ ਖਿਲਾਫ ਮੋਰਚਾ ਖੋਲ ਦਿੱਤਾ। ਇਸ ਖਬਰ 'ਚ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵਿਰੋਧ ਧਰਨੇ ਦੀ ਅਗਵਾਈ ਕਾਂਗਰਸ ਪਾਰਟੀ ਦੇ ਹੀ ਜ਼ਿਲ੍ਹਾ ਉਪ ਪ੍ਰਧਾਨ ਪ੍ਰਿਤਪਾਲ ਸਿੰਘ ਧਰਨੀ ਦੁਆਰਾ ਕੀਤੀ ਜਾ ਰਹੀ ਹੈ। ਜਿਨ੍ਹਾਂ ਨੇ ਮੇਰਾ ਇੱਥੇ ਆ ਕੇ ਮੇਰੀ ਬਾਹ ਫੜੀ, ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ, ਮੈਂ ਆਪਣੇ ਸ਼ਹਿਰ ਨਿਵਾਸੀਆਂ ਹਲਕਾ ਬਸੀ ਪਠਾਣਾ ਦੇ ਸਾਰੇ ਜਿਹੜੇ ਲੋਕ ਨੇ ਉਹਨਾਂ ਨੇ ਜੋ ਮੇਰੇ ਨਾਲ ਸਹਿਯੋਗ ਕੀਤਾ, ਜਾਂ ਮੈਨੂੰ ਫੋਨ ਆਉਂਦੇ ਨੇ, ਜਾਂ ਮੇਰੇ ਸਾਰੀਆਂ ਪਾਰਟੀਆਂ ਦੇ ਸਾਥੀ ਆ, ਉਹਨਾਂ ਨੂੰ ਕਮੈਂਟਸ ਆਉਂਦੇ ਨੇ, ਜੋ ਆ ਰਹੇ ਨੇ, ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ। ਅੱਜ ਦਾ ਜਿਹੜਾ ਦਿਨ ਆ ਬੜਾ ਮੰਦਭਾਗਾ ਦਿਨ ਆ, ਬੜੀ ਸ਼ਰਮ ਦੀ ਗੱਲ ਹੈ ਕਿ ਇੱਕ ਮੌਜੂਦਾ ਸਰਕਾਰ ਦੇ ਵਿੱਚ ਵਾਈਸ ਪ੍ਰਧਾਨ ਨੇ ਕਾਂਗਰਸ ਪਾਰਟੀ ਦੇ ਸਰਦਾਰ ਪ੍ਰਿਤਪਾਲ ਸਿੰਘ ਧਾਰਨੀ ਸਾਹਿਬ, ਸਾਬਕਾ ਕੌਂਸਲਰ ਨੇ ਆਰਮੀ 'ਚੋਂ ਰਿਟਾਇਰਡ ਨੇ, ਉਹਨਾਂ ਨੂੰ ਅੱਜ ਸ਼ਹਿਰ ਦੇ ਲਈ ਸਮੱਸਿਆਵਾਂ ਦੇ ਹੱਲ ਦੇ ਲਈ ਅੱਜ ਉਹਨਾਂ ਨੂੰ ਮਰਨ ਵਰਤ 'ਤੇ ਬੈਠਣਾ ਪੈ ਰਿਹਾ। ਇਹਨਾਂ ਨੇ ਕੱਲ੍ਹ ਤੋਂ ਮਰਨ ਵਰਤ ਸ਼ੁਰੂ ਕੀਤਾ। ਅਸੀਂ ਆਮ ਆਦਮੀ ਪਾਰਟੀ, ਸਾਡੀ ਸਾਰੀ ਆਮ ਆਦਮੀ ਪਾਰਟੀ ਵੱਲੋਂ ਹੋਰ ਵੀ ਵੱਖ ਵੱਖ ਪਾਰਟੀਆਂ ਦੇ ਨੁਮਾਇੰਦੇ ਆਏ ਹੋਏ ਨੇ, ਗੁਰੂ ਸਾਹਿਬ ਵੀ ਬੈਠੇ ਨੇ, ਸਾਡੇ ਪੰਜਾਬ ਦੇ ਨੁਮਾਇੰਦੇ ਬੈਠੇ ਨੇ, ਕਰਮਜੀਤ ਸਿੰਘ ਢੀਂਡਸਾ ਸਾਹਿਬ, ਅਸੀਂ ਇਹਨਾਂ ਦੀ ਪੁਰਜ਼ੋਰ ਹਮਾਇਤ ਕਰਦੇ। For all updated news, please subscribe Ava News and ring the bell.